ਪੰਜਾਬ ਬਚਾਓ ਯਾਤਰਾ ਦੇ ਖੰਨੇ ਆਉਣ ਤੋਂ ਬਾਅਦ ਵਿੱਕੀ ਭਾਟੀਆ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਰੋਡ ਸ਼ੋ ਜੋ ਕਿ ਵਿੱਕੀ ਭਾਟੀਆ ਦੇ ਇਲਾਕੇ ਵਿੱਚੋਂ ਨਿਕਲਣਾ ਸੀ, ਪਰ ਉਹ ਉਹਨਾਂ ਦੇ ਇਲਾਕੇ ਵਿੱਚੋਂ ਨਾ ਨਿਕਲਣ ਕਾਰਨ ਵਿੱਕੀ ਭਾਟੀਆ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਆਪਣਾ ਅਸਤੀਫਾ ਫੇਸਬੁੱਕ 'ਤੇ ਪਾ ਦਿੱਤਾ ਸੀ। ਉਸ ਤੋਂ ਬਾਅਦ ਹਲਚਲ ਹੋਈ ਅਤੇ ਕਿਉਂਕਿ ਕਰਮਠ ਕਾਰਿਆਕਰਤਾ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਲੀਡਰਾਂ ਨੇ ਵਿੱਕੀ ਭਾਟੀਆ ਦੇ ਨਾਲ ਮੁੜ ਤੋਂ ਵਿਚਾਰ ਵਟਾਂਦਰਾ ਕੀਤਾ ਅਤੇ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਬੁਲਾ ਲਿਆ ਗਿਆ, ਕਿਉਂਕਿ ਜੋ ਅਸਤੀਫਾ ਉਹਨਾਂ ਨੂੰ ਦਿੱਤਾ ਸੀ ਉਹ ਅਸਤੀਫਾ ਪਾਰਟੀ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ। ਅੱਜ ਵਿਸ਼ੇਸ਼ ਤੌਰ 'ਤੇ ਯਾਦਵਿੰਦਰ ਸਿੰਘ ਜਾਦੂ ਉਹਨੇ ਆਪਣੀ ਪੂਰੀ ਟੀਮ ਦੇ ਨਾਲ ਵਿੱਕੀ ਭਾਟੀਆ ਨੂੰ ਮੁੜ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੌਸਲਾ ਦਿੰਦੇ ਹੋਏ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹਦੇ ਜੀ ਤੁਸੀਂ ਫੇਸਬੁੱਕ ਦੇ ਉੱਪਰ ਆ ਕੇ ਕੁਛ ਕਾਰਨਾਂ ਕਰਕੇ ਅਸਤੀਫਾ ਦਿੱਤਾ, ਕਾਰਨ ਕੀ ਬਣਿਆ ਸੀਗਾ ਜਿਹੜਾ ਅਸਤੀਫਾ ਦਿੰਦਾ? ਦੇਖੋ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਅਸੀਂ ਉਹਦੇ 'ਤੇ ਹੀ ਵਿੱਚ ਵਿਚਰ ਕੇ ਕੰਮ, ਸਾਡੇ ਦਾਦੇ ਪੜਦਾਦੇ ਸਾਡੇ ਬਜ਼ੁਰਗਾਂ ਦੀ ਪਾਰਟੀ ਹੈ, ਸੋ ਅਸੀਂ ਉਹ 'ਚ ਕੰਮ ਕੀਤਾ। ਮਨ 'ਚ ਰੋਸਾ ਸੀ, ਦੇਖੋ ਮੈਂ ਸਾਨੂੰ ਪਾਰਟੀ ਵੱਲੋਂ ਹੁਕਮ ਵੀ ਹੋਇਆ, ਓਫਿਸ਼ੀਅਲ ਮੈਨੂੰ ਟਾਈਮ ਮਿਲਿਆ, ਓਫਿਸ਼ੀਅਲ ਸਾਰਾ ਕੁਛ ਜੋ ਸਾਡੀ ਰੂਟ ਬਣਾਇਆ ਗਿਆ, ਰੂਟ ਪਲਾਨ ਦੇ ਵਿੱਚ ਮੈਨੂੰ ਜਗ੍ਹਾ ਦਿੱਤੀ ਗਈ। ਸੋ ਉਹ 'ਚ ਦੱਸਿਆ ਗਿਆ, ਜਦੋਂ ਮੀਟਿੰਗ ਹੋਈ ਇੱਕ ਦਿਨ ਪਹਿਲਾਂ ਹੋਈ, ਵੀ ਸੁਖਬੀਰ ਬਾਦਲ ਸਾਹਿਬ ਦੇ ਜੋ ਜੋ ਪੁਆਇੰਟ ਨੇ ਵੀ ਈਸੜੂ ਤੋਂ ਚੱਲਣਗੇ, ਈਸੜੂ ਤੋਂ ਚੱਲ ਕੇ ਮਲੇਕੋਲਾ ਰੋਡ ਚੌਂਕ 'ਤੇ ਆਉਣਗੇ, ਮਲੇਕੋਲਾ ਤੋਂ ਦਾਣਾ ਮੰਡੀ ਰਫੋਨ ਤੋਂ ਲਿਬੜਾ ਲਲੇੜੀ ਤੋਂ ਲਲੇੜੀ ਚੌਂਕ, ਲਲੇੜੀ ਚੌਂਕ ਤੋਂ ਅੱਗੇ ਬੱਸ ਸਟੈਂਡ ਤੋਂ GT ਮਾਰਕੀਟ, ਜੋ ਮੇਰੇ ਕੋਲ ਦਾਸ ਕੋਲ ਪੁਆਇੰਟ ਮਿਲਿਆ ਸੀ। ਸੋ ਉੱਥੇ ਦਾਸ ਨੇ ਇਕੱਠ ਵੀ ਕੀਤਾ ਸੀ, ਸੰਗਤਾਂ ਦਾ 300-400 ਬੰਦਾ ਇਕੱਠ ਸੀਗਾ, ਪਰ ਸਮੇਂ ਦੀ ਹੀ ਨਜ਼ਾਕਤ ਜਾਂ ਜੋ ਮਰਜ਼ੀ ਸਮਝ ਲਓ ਵੀ ਬਾਦਲ ਸਾਹਿਬ ਬਾਹਰੋਂ ਬਾਹਰ ਚਲੇ ਗਏ ਅਤੇ ਦਫ਼ਤਰ ਉਦਘਾਟਨ ਨਹੀਂ ਹੋਇਆ, ਕੋਈ ਕਾਰਨ ਸੀਗਾ ਲੁਧਿਆਣੇ ਪਹੁੰਚਣਾ ਸੀ, ਪਰ ਮੈਂ ਇਸ ਗੱਲ ਦਾ ਖਫਾ ਸੀ, ਮੈਨੂੰ ਘੱਟੋ ਘੱਟ 10 ਮਿੰਟ ਪਹਿਲਾਂ ਹੀ ਦੱਸ ਦਿੰਦੇ ਤਾਂ ਅਸੀਂ ਸੰਗਤਾਂ ਲੈ ਕੇ GT ਰੋਡ 'ਤੇ ਪਹੁੰਚ ਜਾਂਦੇ। ਸੋ ਸੰਗਤਾਂ ਮੇਰੇ ਨਾਲ ਬੈਠੀਆਂ ਸੀ, ਉਸ ਗੱਲ ਦਾ ਮੈਨੂੰ ਮੇਰੇ ਮਨ 'ਚ ਤਕਲੀਫ ਹੋਈ। ਸੋ ਇਸ ਗੱਲ ਕਰਕੇ ਮੈਂ ਕਿੰਨੀਆਂ ਖਫਾ ਹੋਈਆਂ ਦੇਖੋ, ਜਿਹੜੀਆਂ ਮੇਰੇ ਨਾਲ 10 ਦਿਨਾਂ ਸੰਗਤਾਂ ਖੜੀਆਂ ਸੀ, ਚਾਹੇ ਨੌਜਵਾਨ ਵੀਰ ਖੜੇ ਸੀ, ਤੁਸੀਂ ਦੇਖ ਪਿੱਛੇ ਚਿਰਾਗ ਜੀ, ਅੰਕਲ ਜੀ ਵੀ ਸਾਡੇ ਖੜੇ ਸੀਗੇ, ਸੋ ਸਾਰਿਆਂ ਨੇ ਰੋਸਾ ਉਹਦੇ ਮਨ 'ਚ ਆਇਆ ਵੀ ਸੁਖਬੀਰ ਬਾਦਲ ਸਾਹਿਬ ਨੂੰ, ਕਿਉਂਕਿ ਸਭ ਤੋਂ ਵੱਡੀ ਗੱਲ ਇੱਕ ਗਰੀਬ ਬੋਰਡ ਆ ਉੱਥੇ ਕੁਸ਼ਟ ਆਸ਼ਰਮ ਵਾਲਿਆਂ ਦੀ, ਕੁਸ਼ਟ ਆਸ਼ਰਮ ਵਾਲਿਆਂ ਦੇ ਹੱਥ 'ਚ ਹਾਰ ਫੜੇ ਸਨ, ਫੁੱਲਾਂ ਦੀ ਉਹਨਾਂ ਨੇ ਵਰਖਾ ਕਰਨੀ, ਉਹਨਾਂ ਨੇ ਮਨ 'ਚ ਚੋਖ ਸੀ ਸਾਹ ਸੁਖਬੀਰ ਸਿੰਘ ਬਾਦਲ ਇੱਥੋਂ ਨਿਕਲਣਗੇ ਅਤੇ ਅਸੀਂ ਮਿਲਾਂਗੇ। ਕੁਸ਼ਟ ਆਸ਼ਰਮ ਵਾਲਿਆਂ ਵੱਲ ਕੋਈ ਲੀਡਰ ਨਹੀਂ ਜਾਂਦੇ ਹੈਗੇ, ਮੈਂ ਜਿੰਨੀ ਵਾਰ ਅੱਜ ਕੱਲ੍ਹ ਦੇਖਿਆ, ਅਤੇ ਉਹਨਾਂ ਨੂੰ ਪਹਿਲਾਂ ਚਾਓ ਸੀ ਵੀ ਸਾਡੇ ਵੱਲ ਸੁਖਬੀਰ ਸਿੰਘ ਬਾਦਲ ਸਾਹਿਬ, ਕਿਉਂਕਿ ਜਦੋਂ ਨਾਮ ਸੁਣਿਆ ਬਾਦਲ ਸਾਹਿਬ ਵਾਲੇ ਤਾਂ ਉਹਨਾਂ ਚਾਓ ਚੜ ਗਿਆ ਸੀ, ਉਹ ਘੱਟੋ ਘੱਟ 250-250 ਬੰਦੇ ਦਾ ਕੁਸ਼ਟ ਆਸ਼ਰਮ ਵਾਲੇ ਸੀਗੇ। ਸੋ ਮੈਂ ਉਹਨਾਂ ਦੀ ਭਾਵਨਾ ਨੂੰ ਦੇਖਦੇ ਉਸ ਸਮੇਂ ਮੈਂ ਵੀ ਯਾਨੀ ਕਿ ਸਮਝ ਲਓ ਵੀ ਆਪਣੇ ਮਨ 'ਚੋਂ ਯਾਨੀ ਕਿ ਜੋ ਦੇਖਿਆ ਮਨ ਦੀ ਆਵਾਜ਼ ਦੇਦੇ ਹੋਏ ਤਾਂ ਮੈਂ ਅਸਤੀਫਾ ਦਿੱਤਾ, ਪਰ ਮਨ ਫਿਰ ਵੀ ਅੱਜ ਪਾਰਟੀ ਨਾਲ ਜੁੜਿਆ। ਇੱਕ ਤੁਸੀਂ ਕੋਈ ਛੋਟੀ ਮੋਟੀ ਪੋਸਟ ਦੇ ਉੱਪਰ ਨਹੀਂ ਸੀ, ਇੱਕ ਮੰਡਲ ਦੇ ਪ੍ਰੈਜੀਡੈਂਟ ਹੋਏ ਹੈ ਨਾ, ਚਲੋ ਕੁਛ ਕਾਰਨ ਬਣੇ ਅਸਤੀਫਾ ਔਨਲਾਈਨ ਅਸਤੀਫਾ ਦਿੱਤਾ, ਤੁਸੀਂ ਅਸਤੀਫਾ ਜਿਹੜਾ ਹੈ ਪਾਰਟੀ ਨੂੰ ਵੀ ਭੇਜਿਆ ਸੀਗਾ? ਦੇਖੋ ਮੈਂ ਸਾਡੇ ਹਲਕੇ ਦੇ ਇੰਚਾਰਜ ਨੇ ਸਾਹ ਯਾਦਵਿੰਦਰ ਸਿੰਘ ਜਾਦੂ ਜੀ ਠੀਕ ਹੈ, ਇੱਕ ਮਿਹਨਤਕਸ਼ ਸਾਡੇ ਆਗੂ ਨੇ ਖੰਨੇ ਹਲਕੇ ਦੇ, ਮੈਂ ਉਹਨਾਂ ਨਾਲ ਕੋਈ ਮੇਰਾ ਕਿਲਾ ਸ਼ਿਕਵਾ ਨਹੀਂ, ਕਿਉਂਕਿ ਮੈਂ ਫੇਸਬੁੱਕ ਦੇ ਉੱਤੇ ਔਨਲਾਈਨ ਜਦੇ ਹੀ ਪ੍ਰੈਜੈਂਟ, ਪਹਿਲਾਂ ਮੈਂ ਵਟਸਐਪ ਗਰੁੱਪਾਂ 'ਤੇ ਅਸਤੀਫਾ ਭੇਜਿਆ ਅਤੇ ਨਾਲ ਦੀ ਨਾਲ ਪੱਤਰਕਾਰ ਭਾਈਚਾਰੇ ਨੂੰ ਭੇਜਿਆ ਅਤੇ ਨਾਲ ਹੀ ਮੈਂ ਫੇਸਬੁੱਕ 'ਤੇ ਅਸਤੀਫਾ ਜ਼ਰੂਰ ਦਿੱਤਾ ਸੀ, ਉਹ ਮੇਰੀ ਭਾਵਨਾ ਸਨ, ਭਾਵਨਾ ਜਿਹੜੀ ਮੇਰੀ ਐਟ ਏ ਟਾਈਮ ਹੋਈਆਂ। ਪਾਰਟੀ ਨੇ ਕੀਤਾ ਕਬੂਲ ਕਿ ਨਹੀਂ? ਹਾਂ ਪਾਰਟੀ ਦੇਖੋ ਗਲਤੀ ਮਾਰੀ, ਸਾਡੇ ਕੋਲ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਵੀ ਪਹੁੰਚ ਗਏ ਨੇ ਅਤੇ ਹੋਰ ਵੀ ਪਾਰਟੀ ਦੇ ਉੱਤੇ ਜਥੇ ਸੰਤਾ ਸਿੰਘ ਮਹਿਤਪੁਰੀ ਜੀ, ਸਾਡੇ ਹਲਕੇ ਦੇ ਇੰਚਾਰਜ ਸਾਹਿਬ ਯਾਦਵਿੰਦਰ ਸਿੰਘ ਜਾਦੂ ਜੀ, ਉਹਨਾਂ ਨੇ ਵੀ ਮੇਰੇ ਨਾਲ ਸੰਪਰਕ ਲਗਾਤਾਰ ਰੱਖਿਆ, ਠੀਕ ਹੈ, ਮੇਰਾ ਮਨ ਦਾ ਰੋਸਾ ਸੀ, ਮੇਰੇ ਨਾਲ ਸੰਗਤਾਂ ਸੀ, ਉਹਨਾਂ ਦਾ ਮਨ ਦਾ ਰੋਸਾ ਸੀ, ਉਹ ਅੱਜ ਦੂਰ ਕਰਨ ਲਈ ਆ ਰਹੇ ਨੇ, ਜੇ ਦੂਰ ਹੋਇਆ ਤਾਂ ਪਾਰਟੀ ਲਈ। ਦੇਖੋ ਮੈਂ ਪਹਿਲਾਂ ਹੀ ਕਿਹਾ ਦੂਰ ਨਾ ਕੀਤਾ ਨਾ ਉਹਨੇ ਕੋਈ ਮਾਫੀ ਮੰਗੀ ਫਿਰ। ਦੇਖੋ ਤੁਸੀਂ ਮਾਫੀ ਲਫ਼ਜ਼ ਦਾ ਚਲੋ ਬਹੁਤ ਵੱਡੀ ਗੱਲ ਹੈ, ਜੇ ਉਹ ਆਪਣੀ ਮਹਿਸੂਸ ਇਹ ਕਰ ਲੈਂਦੇ ਨੇ ਤਾਂ ਬਹੁਤ ਵੱਡੀ ਗੱਲ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਾਦਾਰ ਸਿਪਾਹੀ ਹਾਂ, ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਾਂ, ਕਿਉਂਕਿ ਮੇਰੇ ਜਿਹੜੇ ਬਜ਼ੁਰਗ ਨੇ
ਜੇ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ, ਦਾਦੇ ਪੜਦਾਦੇ ਭਾਵ ਸਾਡੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਹਾਂ, ਅਤੇ ਮੈਂ ਵੀ ਇੱਥੋਂ ਜੇ ਨੁਮਾਇੰਦਗੀ ਕਰ ਰਿਹਾ, ਮੇਰੇ ਧਰਮ ਪਤਨੀ ਰੂਬੀ ਭਾਟੀਆ ਵਾਰਡ ਨੰਬਰ 19 ਕੌਂਸਲਰ ਵੀ ਉਹ ਕਰ ਰਹੇ ਨੇ, ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰ ਰਹੇ ਨੇ, ਅਤੇ ਦਾਸ ਵੀ ਜਿਹੜਾ 32 ਦਾ ਪ੍ਰਧਾਨ ਹੈ ਸੇਵਾਵਾਂ ਦੇ ਰਿਹਾ, ਅਤੇ ਸੇਵਾਵਾਂ ਮੈਂ ਕੋਈ ਐਸੀ ਗੱਲ ਨਹੀਂ, ਜੇ ਕੋਈ ਹੁਣ ਜੇ ਪਾਰਟੀ ਨੂੰ ਲੱਗਿਆ ਵੀ ਸਾਡੇ ਤੋਂ ਗਲਤ ਕੰਮ ਹੋਇਆ ਜਾਂ ਕੁਛ ਹੋਇਆ ਤਾਂ ਕੋਈ ਗੱਲ ਨਹੀਂ। ਚਲੋ ਵਿੱਚ ਮੈਂ ਤੁਹਾਨੂੰ ਕੱਟ ਰਿਹਾ, ਜਦੋਂ ਤੁਸੀਂ ਅਸਤੀਫਾ ਦਿੱਤਾ ਫੇਸਬੁੱਕ ਦੇ ਉੱਪਰ, ਸਾਰੇ ਸ਼ਹਿਰ ਦੇ ਵਿੱਚ ਚਰਚਾ ਸ਼ੁਰੂ ਹੋ ਗਈਆਂ ਸੀਗੀਆਂ, ਕਿਸੇ ਪਾਰਟੀ ਦੂਜੀਆਂ ਪਾਰਟੀਆਂ ਨੇ ਵੀ ਤੁਹਾਨੂੰ ਜਿਹੜਾ ਹੈ। ਦੇਖੋ ਜਦੋਂ ਬਾੜ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ, ਮੈਨੂੰ ਸਾਹਿਬ ਜੀ ਸਾਰਿਆਂ ਨੂੰ ਬਹਾ ਕੇ ਲੈ ਜਾਂਦੀ ਹੁੰਦੀ ਹੈ, ਠੀਕ ਹੈ ਨਾ, ਅਤੇ ਬਾੜ ਆਈ ਹੋਈ ਸੀ, ਬਾੜ ਦੇ ਵਿੱਚ ਬਥੇਰਿਆਂ ਨੇ ਕੋਸ਼ਿਸ਼ ਕੀਤੀ ਹੈ, ਪਰ ਜਿਹੜਾ ਮੇਰਾ ਮਨ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ, ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ, ਅਤੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਵੀ ਇਸ ਕਰਕੇ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ, ਵੀ ਭਾਟੀਆ ਜੀ ਜੁੜੇ ਨੇ ਇਲਾਕੇ, ਕਿਉਂਕਿ ਮੇਰੇ ਬਜ਼ੁਰਗ ਨੇ, ਬਜ਼ੁਰਗਾਂ ਦਾ ਮੈਂ ਕਹਿਣਾ ਟਾਲ ਨਹੀਂ ਸਕਦਾ, ਮੈਨੂੰ ਇਹਨਾਂ ਨੇ ਵੀ ਪ੍ਰੇਰਿਤ ਕੀਤਾ ਵੀ ਆਪਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਰਹਿ ਕੇ ਸੇਵਾ ਕਰਨੀ ਹੈ। ਸੋ ਤਾਂ ਮੇਰਾ ਜਿਹੜਾ ਮਨ ਸੀਗਾ ਵੀ ਸੰਪਰਕ ਰਿਹਾ ਪਾਰਟੀ ਨਾਲ, ਮੈਨੂੰ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਫੋਨ ਜਾਦੂ ਜੀ ਨੇ ਕਰਾਇਆ, ਮਜੀਠੀਆ ਸਾਹਿਬ ਨਾਲ ਗੱਲਬਾਤ ਕਰਾਈ ਜਦੋਂ ਹੋ ਗਈ, ਇਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਵੀ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਭਾਟੀਆ ਜੀ, ਜੋ ਹੋਇਆ ਵੀ ਕੋਈ ਗੱਲ ਨਹੀਂ, ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ, ਅਤੇ ਚਰਨਜੀਤ ਸਿੰਘ ਬਰਾੜ ਸਾਹਿਬ ਜਿਹੜੇ ਕਿ OSD ਸਾਹਿਬ ਸੁਖਬੀਰ ਸਿੰਘ ਬਾਦਲ, ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਫੋਨ 'ਤੇ, ਜਾਦੂ ਜੀ ਨੇ ਕਰਾਈ ਹੈ, ਹੁਣ ਜਾਦੂ ਜੀ ਵੀ ਇੱਥੇ ਪੁੱਜਣ ਵਾਲੇ ਨੇ, ਸੰਤਾ ਸਿੰਘ ਮੈਦਪੁਰੀ ਜੀ ਵੀ ਆਉਣ ਵਾਲੇ ਨੇ, ਅਤੇ ਕੋਈ ਗੱਲ ਨਹੀਂ ਪਾਰਟੀ ਨਾਲ ਫਿਰ ਕੰਮ ਕਰੂੰਗਾ। ਦੇਖੋ ਮੈਂ ਪਹਿਲਾਂ ਕਿਹਾ, ਸਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਸਾਡੀ ਇੱਕ ਮਾਂ ਪਾਰਟੀ ਹੈ, ਪਾਰਟੀ ਨਾਲ 9 ਮਾਸ ਦਾ ਰਿਸ਼ਤਾ ਹੁੰਦਾ ਜਿਹੜਾ ਜੁੜਿਆ ਪਿਆ, ਇੱਕ ਮਾਂ ਹੁੰਦੀ ਹੈ ਜਨਮ ਦੇਣ ਵਾਲੀ, ਇੱਕ ਪਾਰਟੀ ਹੁੰਦੀ ਹੈ ਜਿਹੜੀ ਸਿਆਸੀ ਪਾਰਟੀ 'ਚ ਅਸੀਂ ਕੰਮ ਕੀਤਾ, ਸਾਡੀ ਇਹ ਮਾਂ ਪਾਰਟੀ ਹੈ। ਸੋ ਮੈਂ ਸਮਝਦਾ ਵੀ ਆਉਣ ਵਾਲਾ ਸਮਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ, ਕਿਉਂਕਿ ਸ਼ਹੀਦਾਂ ਦੀ ਕੁਰਬਾਨੀ ਦੇ ਉੱਤੇ ਪਾਰਟੀ ਜਿਹੜੀ ਸਿਰਜੀ ਗਈ ਹੈ, ਅਤੇ ਸਾਡੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ, ਪੰਜਾਬੀ ਸੂਬਾ ਮੋਰ 'ਤੇ ਸਾਡੇ ਦਾਦਾ ਸਾਹਿਬ ਰਘਵੀਰ ਸਿੰਘ ਭਾਟੀਆ ਜੀ, ਦਾਦਾ ਜੀ ਜਿਹੜੇ ਸਾਡੇ ਸਨ ਫਰੀਡਮ ਫਾਈਟਰ ਵੀ ਸਨ, ਜਾਦੀ ਘੁਲਾਟੀਏ ਸਨ, ਅਤੇ ਨਾਲ ਹੀ ਉਹਨਾਂ ਨੇ ਸਿਆਸੀ ਤੌਰ 'ਤੇ ਵੀ ਤਾਂ ਸ਼ੁਰੂ ਕੀਤਾ ਸੀ, ਤਾਂ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਅਤੇ ਪੰਜਾਬੀ ਸੂਬਾ ਮੋਰਚਾ 'ਚ ਵੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਸੋ ਮੈਂ ਸਮਝਦਾ ਸਾਡਾ ਪਰਿਵਾਰ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ, ਫਿਰ ਸ਼੍ਰੋਮਣੀ ਅਕਾਲੀ ਦਲ ਕਿਵੇਂ ਵੱਖ ਹੋ ਸਕਦੇ ਆ? ਦੇਖੋ ਜੀ, ਸਾਡਾ ਭਾਟੀਆ ਜੀ ਸਾਡਾ ਵੀਰ ਹੈ, ਭਰਾ ਸਾਡਾ, ਸਾਡਾ ਜੋ ਟੂਰ ਸੀ ਉਸਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਦਾ ਕੁਛ ਸੰਧੇਵਿਆਂ ਕਰਕੇ ਉਹਨਾਂ ਨੇ ਪ੍ਰੋਗਰਾਮ, ਲਾਸਟ ਪ੍ਰੋਗਰਾਮ ਜਿਹੜਾ ਮੈਂ ਕਹੂੰਗਾ ਕੈਂਸਲ ਹੋਇਆ। ਰੋਸ ਹੁੰਦਾ ਜਦੋਂ ਕੋਈ ਇਨਸਾਨ ਮਿਹਨਤ ਕਰਦਾ, ਸਾਡਾ ਕੌਂਸਲਰ ਹੈ ਵੀਰ, ਦੂਜੀ ਵਾਰ ਕੌਂਸਲਰ ਹੈ, ਬਹੁਤ ਮਿਹਨਤੀ ਸਾਡਾ ਵਰਕਰ ਆ, ਅਤੇ ਇਹਨਾਂ ਦੇ ਮਨ 'ਚ ਰੋਸ ਵੀ ਸੀ, ਉਸ ਦਿਨ ਗੁੱਸੇ 'ਚ ਵੀ ਆਇਆ, ਲੋਕਾਂ ਨੇ ਉਹਨਾਂ ਨੂੰ ਤੰਨੇ ਮਿਹਣੇ ਵੀ ਮਾਰੇ, ਤੁਹਾਡਾ ਲੀਡਰ ਕੋਲੋਂ ਲੰਘ ਗਿਆ ਕਿਉਂਕਿ 2.5 ਘੰਟੇ ਬਾਦ ਸਾਹਿਬ ਲੇਟ ਸੀਗੇ, ਚਲੋ ਜਾਣਾ ਪਿਆ ਗਿਆ, ਉਹਨਾਂ ਦੀ ਮਜ਼ਬੂਰੀ ਸੀ, ਅਸੀਂ ਬਹੁਤ ਜ਼ੋਰ ਲਾਇਆ ਮੈਂ ਅਤੇ ਖਾਲਸਾ ਜੀ ਨੇ, ਬਹੁਤ ਕਿਹਾ ਉਹਨਾਂ ਨੂੰ, ਸਾਰੇ ਸਾਡੇ ਜਿੰਨੇ ਭਰਾ ਸੀ, ਸਾਡਾ ਵੀਰ ਰਜਿੰਦਰ ਸਿੰਘ ਜੀਤ, ਅਨੀ ਰੁਸ਼ਾ ਜੀ, ਅਕਾਲੀ ਦਲ ਸਾਹਿਬ, ਸਾਰੇ ਬੈਠੇ ਸੀ, ਬਹੁਤ ਜ਼ੋਰ ਲਾਇਆ ਉਹਨਾਂ ਨੂੰ, ਉਹ ਕਹਿੰਦੇ ਮੇਰੇ 2.5 ਘੰਟੇ ਲੇਟ ਮੈਂ ਹੋ ਚੁੱਕਿਆ ਵੀ ਮੇਰੇ ਪ੍ਰੋਗਰਾਮ ਸਾਰੇ ਅਗਲੇ ਖਰਾਬ ਹੋ ਜਾਣੇ ਨੇ, ਵੀ ਜਿਵੇਂ ਤੁਹਾਨੂੰ ਮੇਰੀ ਲੋੜ ਆ, ਅਗਲਿਆਂ ਨੂੰ ਬਹੁਤ ਲੋੜ ਆ, ਉੱਥੇ ਜਾ ਕੇ ਚਲੋ MP ਦੇ ਪ੍ਰੋਗਰਾਮ ਤੋਂ ਜਿਹੜੇ ਕੈਂਡੀਡੇਟ ਖੜੇ ਆ ਰਣਜੀਤ ਸਿੰਘ ਢਿੱਲੋਂ, ਉਹਨਾਂ ਦੇ ਪ੍ਰੋਗਰਾਮ 'ਚ ਹੈ, ਇਸ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਬਿਹਾਫ 'ਤੇ ਜਿਹੜੀ ਸੰਗਤ ਉੱਥੇ ਪਹੁੰਚੀ ਸੀ, ਉਹ ਸਾਰੀ ਸੰਗਤ ਤੋਂ ਮਾਫ਼ੀ ਚਾਹੁੰਦਾ ਕਿ ਉਹਨਾਂ ਕੋਲ ਪਹੁੰਚ ਨਹੀਂ ਸਕੇ, ਉਸ ਦਿਨ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਮੈਂ ਮਾਫ਼ੀ ਚਾਹੁੰਦਾ ਇਸ ਗੱਲ 'ਤੇ, ਅਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਭਾਟੀਆ ਸਾਹਿਬ ਨੂੰ, ਅੱਗੇ ਤੋਂ ਕੋਈ ਵੀ ਪ੍ਰੋਗਰਾਮ ਹੋਊਗਾ ਪਹਿਲ ਦੇ ਆਧਾਰ 'ਤੇ ਸਾਰੇ ਪ੍ਰੋਗਰਾਮ ਅਟੈਂਡ ਹੋਣਗੇ, ਕਿਉਂਕਿ ਸਮੇਂ ਦੀ ਘਾਟ ਕਰਕੇ ਜਿਹੜੀ ਮਜ਼ਬੂਰੀ ਬਣੀ ਆ, ਅੱਗੇ ਤੋਂ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ, ਅਤੇ ਸੰਗਤ ਤੋਂ ਜਿਹੜੀ ਬਾਹਰ ਦੀ ਜਾਂ ਸ਼ਹਿਰ ਦੀ ਸੰਗਤ ਉੱਥੇ ਇਕੱਠੀ, ਕਿਉਂਕਿ ਬਹੁਤ ਵੱਡਾ ਇਕੱਠ ਹੋਇਆ ਸੀ, ਉਸ ਇਕੱਠ 'ਚ ਜਿੰਨੇ ਲੋਕ ਪਹੁੰਚੇ ਮੈਂ ਸਾਰਿਆਂ ਤੋਂ ਮਾਫ਼ੀ ਵੀ ਚਾਹੁੰਦਾ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ, ਅਤੇ ਨਾਲ ਹੀ ਇੱਕ ਗੱਲ, ਉਦੋਂ ਚਲੋ ਗੁੱਸੇ 'ਚ ਆ ਕੇ ਭਾਟੀਆ ਸਾਹਿਬ ਨੇ ਜੋ ਪਾਰਟੀ ਨੂੰ ਅਸਤੀਫਾ ਦੇਣ ਦੀ ਗੱਲ ਕੀਤੀ, ਚਲੋ ਰੋਸਾ ਸੀ ਇਹਨਾਂ ਦਾ, ਰੋਸਾ ਅਸੀਂ ਬਾਦ ਸਾਹਿਬ ਨਾਲ ਇਹਦੀ ਭਾਟੀਆ ਸਾਹਿਬ ਦੀ ਗੱਲ ਵੀ ਕਰਵਾਈ ਆ, ਮਜੀਠੀਆ ਸਾਹਿਬ ਨਾਲ ਗੱਲ ਕਰਵਾਈ, ਉਹਨਾਂ ਨੇ ਇਹਨੂੰ ਵਿਸ਼ਵਾਸ ਵੀ ਦਵਾਇਆ ਕਿ ਜਦੋਂ ਵੀ ਹੁਣ ਚੱਕਰ ਲੱਗੂਗਾ, ਥੰਨੇ ਲੱਗ ਜਾਵੇ, ਖੰਨੇ ਤੇ ਨੇੜੇ ਥੱਲੇ ਲੱਗ ਜਾਵੇ,
ਜ਼ਰੂਰ ਇਹਨਾਂ ਦਾ ਰੁੱਸਾ ਉਹ ਮਤਲਬ ਜਿਹੜਾ ਉਹਦੀ ਪੂਰਤੀ ਕਰਕੇ ਜਾਣਗੇ, ਇਹਨਾਂ ਦਾ ਰੁੱਸਾ ਜਿਹੜਾ ਇਹਨਾਂ ਦੇ ਮਨ 'ਚ ਆ ਉਹ ਜ਼ਰੂਰ ਇਹਨਾਂ ਕੋਲ ਗੇੜਾ ਵੀ ਮਾਰ ਕੇ ਜਾਣਗੇ ਜਦੋਂ ਵੀ ਸਮਾਂ, ਚਾਹੇ ਇਲੈਕਸ਼ਨ ਦੌਰਾਨ ਲੱਗ ਜਾਵੇ ਚਾਹੇ ਇਲੈਕਸ਼ਨ ਤੋਂ ਬਾਅਦ ਲੱਗ ਜਾਵੇ। ਅਤੇ ਉਹਨਾਂ ਨੇ ਇਹਨਾਂ ਨੂੰ ਇਹ ਵੀ ਥਾਪੜਾ ਵੀ ਦਿੱਤਾ ਕਿ ਭਾਂਡੇ ਸਾਹਿਬ ਤੁਸੀਂ ਤਕੜੇ ਹੋ, ਮੁਖੀਆ ਸਾਹਿਬ ਨੇ ਵੀ ਸਿਮੀ ਬਾਦਲ ਨੇ ਵੀ ਇਹਨਾਂ ਨੂੰ ਪੂਰਾ ਤਕੜੇ ਹੋਣ ਨੂੰ ਵੀ ਕਿਹਾ ਕਿ ਤਕੜੇ ਹੋ ਕੇ ਜ਼ੋਰ ਲਾਓ, ਆਪਣੇ ਕੈਂਡੀਡੇਟ ਨੂੰ ਜਿਤਾਓ। ਖੁਸ਼ ਕੀ ਕਹਿਣਾ ਚਾਹੁੰਦੇ ਹੋ? ਇੱਕ ਤੁਹਾਡਾ ਕਾਰਿਆਕਰਤਾ ਜਿਹੜਾ ਨਿਰਘਟ ਕਾਰਿਆਕਰਤਾ ਸੀਗਾ, ਪਾਰਟੀ ਅਸਤੀਫਾ ਦਿੱਤਾ ਸੀਗਾ, ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਸਰਗਰਮ ਤੇ ਪੁੱਗਾ ਸਾਡਾ ਆਗੂ, ਜਿਹਨਾਂ ਦੇ ਰੋਮ ਰੋਮ ਵਿੱਚ ਮੈਂ ਕਿਹਾ ਵੀ ਅਕਾਲੀ ਦਲ ਸਮੋਇਆ ਹੈ। ਪਿਛਲੇ ਦਿਨੀ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੰਜਾਬ ਵਿੱਚ ਉਹ ਯਾਤਰਾ ਖੰਨੇ ਵਿੱਚ ਚੱਲ ਰਹੀ ਸੀ, ਪ੍ਰੋਗਰਾਮ ਸਾਡਾ ਇਹ ਸੀ, ਯਾਦਵਿੰਦਰ ਸਿੰਘ ਜਾਦੂ ਸਾਡੇ ਹਲਕਾ ਇੰਚਾਰਜ ਅਤੇ ਉਹਨਾਂ ਦੇ ਨਾਲ ਸਾਡੇ ਕੈਂਡੀਡੇਟ ਅਚਾਨਕ ਕਿਉਂਕਿ ਦੇਖੋ ਲੀਡਰ ਸੀ, ਛੋਟੀਆਂ ਮੋਟੀਆਂ ਗੱਲਾਂ 'ਚ ਤਾਂ ਸਾਨੂੰ ਭੱਜਣਾ ਪੈ ਜਾਂਦਾ ਕਈ ਵਾਰੀ, ਛੋਟੇ ਲੀਡਰਾਂ ਭਾਵੇਂ ਕੋਈ ਐਸੇ ਐਮਰਜੈਂਸੀ ਹੋ ਗਈ। ਉਹਦੇ ਪ੍ਰੋਗਰਾਮ ਸਾਡੇ ਦੋ ਹੋਰ ਵੀ ਸੀ, ਉਹਨਾਂ ਨੇ ਉਸੇ ਦਿਨ ਮਾਫ਼ੀ ਚਾਹੀ ਵੀ ਮੈਂ ਮਾਫ਼ੀ ਚਾਹੁੰਦਾ ਸੰਗਤ ਤੋਂ, ਮੈਂ ਮਾਫ਼ੀ, ਮੇਰੀ ਮਜਬੂਰੀ ਹੋ ਗਈ ਕਿ ਜਿਹੜਾ ਤੁਸੀਂ ਰੂਟ ਮੈਂ ਕਹਾਂ ਵੀ ਜਲਦੀ ਸ਼ਾਰਟਕੱਟ ਕਰ ਲਈਏ, ਉੱਥੋਂ ਉਹਨਾਂ ਨੇ ਮੁੜ ਕੇ ਲੈ ਕੇ ਇਹ ਸਾਰੇ ਸੱਜਣ ਸਵੇਰ ਦੇ ਇੱਕ ਦਿਨ ਪਹਿਲਾਂ ਦੇ ਲੱਗੇ ਹੋਏ ਸੀ, ਬੜੇ ਜਿਵੇਂ ਕਹਿੰਦੇ ਚਾਹ ਦੇ ਨਾਲ ਵੀ ਅਸੀਂ ਬੜਾ ਉਹਨਾਂ ਦਾ ਸਨਮਾਨ ਵੱਧ ਚੜ੍ਹ ਕੇ ਕਰਨਾ, ਬੜੇ ਹੌਸਲੇ ਸਨ ਇਹਨਾਂ ਦੇ। ਕੁਦਰਤੀ ਹੁੰਦਾ ਕਿ ਜਿਹਨਾਂ ਨੂੰ ਆਪਾਂ ਬੜਾ ਮਾੜੀ ਨਾਲ ਕਰੋ, ਜਿਹੜੀ ਸੰਗਤ ਆਉਂਦੀ ਹੈ ਉਹ ਲੱਗਾ ਜਾਂ ਤੁਹਾਡੇ ਕੋਲ 'ਚ ਨਹੀਂ ਆਏ, ਅਤੇ ਮਨ 'ਚ ਇਹ ਮਨ ਨੂੰ ਲੱਗੀ ਭਾਵੁਕ ਹੋ ਕੇ ਇਹਨਾਂ ਨੇ ਉਸ ਮੌਕੇ ਫੈਸਲਾ ਫੈਸਲਾ ਕੀ ਕਹਿ ਦਿੱਤਾ ਵੀ ਮੈਂ, ਪਰ ਉਸੇ ਦਿਨ ਮੈਂ ਤੇ ਜਦੇ ਉਸੇ ਵਕਤ ਮੈਂ ਤੇ ਜਾਦੂ ਜੀ ਤੇ ਨਾਲ ਨੁਤੇਜ ਸਿੰਘ ਤੇ ਹੋਰ ਸਾਥੀ ਜਦੇ ਆਏ ਉਸੇ ਦਿਨ ਉਸੇ ਵਕਤ ਮਿਲੇ ਨੂੰ ਵੀ ਇਹ ਕਹਿੰਦੇ ਵੀ ਮੈਂ ਇਹਨਾਂ ਭਾਵੁਕਤਾ ਨਾਲ ਹੋਇਆ ਵੀ ਪਰ ਮੈਂ ਤੇਰਾ ਕੋਈ ਅਸਤੀਫਾ ਪ੍ਰਵਾਨ ਨਹੀਂ ਕਰਨਾ, ਕਿਉਂਕਿ ਅਕਾਲੀ ਦਲ ਕੋਈ ਪੋਲੀਟੀਕਲ ਪਾਰਟੀ ਗੱਲੀ ਥੋੜ੍ਹੀ ਹੈ, ਇਹ ਤਾਂ ਇੱਕ ਮੂਵਮੈਂਟ ਹੈ, ਇੱਕ ਲਹਿਰ ਹੈ, ਲਹਿਰ ਸੇਵਾ ਦੇ ਲੋਕਾਂ ਦੇ ਹੱਕਾਂ ਲਈ ਲੜਨ ਦੀ ਗੱਲ ਹੈ, ਸੰਘਰਸ਼ ਵਾਲੇ ਦੇ ਖਿਆਲਾਂ ਦੇ ਤੁਸੀਂ ਲੋਕ ਹੱਕਾਂ ਲਈ ਲੜਦੇ ਆਪਾਂ, ਤੁਸੀਂ ਕੇਵਲ ਇੱਕ ਪੋਲੀਟੀਕਲ ਪਾਰਟੀ ਦੇ ਆਪਣੇ ਸਰਕਲ ਦੇ ਜਥੇਦਾਰ ਹੀ ਨਹੀਂ ਬਲਕਿ ਉਹ ਲੋਕ ਸੇਵਕ ਹੋ ਜਿਹਨਾਂ ਨੇ ਤੁਹਾਨੂੰ ਇੱਥੇ ਐਮ ਸੀ ਵੀ ਬਣਾਇਆ, ਔਰ ਦੁੱਖ ਸੁੱਖ ਦੇ ਸਮਾਜ ਵਿੱਚ ਹਮੇਸ਼ਾ ਭਾਈਵਾਲ ਰਹੇ ਹੋ ਤੁਸੀਂ, ਔਰ ਇਹ ਸੇਵਾ ਤੇ ਤੁਸੀਂ ਬਰਕਰਾਰ ਆਪਣੀ ਰੱਖੋਗੇ, ਅਸੀਂ ਤੁਹਾਨੂੰ ਇੱਕ ਦੋ ਦਿਨਾਂ 'ਚ ਆ ਕੇ ਤੁਹਾਨੂੰ ਬੇਨਤੀ ਕਰਾਂਗੇ ਕਿ ਦੁਬਾਰਾ ਆਪਣੀਆਂ ਸਰਗਰਮੀਆਂ ਤੇਜ਼ ਕਰੋ। ਅੱਜ ਅਸੀਂ ਉਸੇ ਵਾਸਤੇ ਆਏ, ਆ ਸਾਥੀ ਸਾਰੇ ਸਾਰਪਾਲ ਸਿੰਘ ਜੀ ਜਿਹੜਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਤ ਪ੍ਰਧਾਨ ਨੇ, ਔਰ ਨਾਲ ਹੀ ਸਾਡੇ ਜਰਗ ਤੋਂ ਸਰ ਹਰਮਿੰਦਰ ਸਿੰਘ ਜੀ ਵਿੱਤ ਪ੍ਰਧਾਨ ਨੇ, ਉਹ ਵੀ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ, ਅਤੇ ਨਵਜੇਤ ਸਿੰਘ ਜੀ ਸਰ ਆਪਣੇ ਜੀ ਜੀ ਸਾਡੇ ਐਮ ਸੀ ਅਤੇ ਸਾਥੀ ਅੰਦਰਪਾਲ ਜੀ ਐਡਵੋਕੇਟ ਸਾਹਿਬ, ਹੋਰ ਸਾਰੇ ਬਹੁਤ ਸਾਰੇ ਸੱਜਣ ਜਿਹੜੇ ਨੇ, ਔਰ ਹੋਰ ਵੀ ਸੱਜਣਾਂ ਨੇ ਆਉਣਾ ਸੀ, ਅਸੀਂ ਕਿਹਾ ਸੀ ਵੀ ਤੁਸੀਂ ਜ਼ਿਆਦਾ ਟਾਈਮ ਆਪਾਂ 11 ਵਜੇ ਦਾ ਰੱਖ ਲਈਏ, ਕਿਉਂਕਿ ਅੱਜ ਸਰਗਰਮੀ ਚੱਲ ਰਹੀ ਹੈ, ਇਲੈਕਸ਼ਨ ਦੀ ਕੰਪੇਨ ਚੱਲ ਰਹੀ ਹੈ, ਉਹ ਖਾਲਸਾ 'ਚ ਵੀ ਪਹੁੰਚ ਗਏ, ਇਸ ਕਰਕੇ ਮੈਂ ਬੇਨਤੀ ਕਰਾਂਗੇ ਕਦੇ ਵੀ ਕਹਿੰਦੇ ਅੱਜ ਕੱਲ੍ਹ ਜਿਹੜਾ ਇਲੈਕਸ਼ਨ ਦੇ ਦੌਰਾਨ ਆਇਆ ਆਰਾਮ ਗਿਆ ਆਰਾਮ ਬਹੁਤ ਹੁੰਦਾ, ਇਸ ਕਰਕੇ ਮੀਡੀਆ ਨੂੰ ਬੜਾ ਘੱਟ ਮੁੜਕੇ ਕਹਿੰਦੀ ਪਾਰਟੀ ਦਾ ਬੜਾ ਕਿਹੜੀ ਕਲਰ ਰੁੱਸ ਗਿਆ, ਸਿਰਫ ਇੰਨੇ ਹੀ ਮਨ 'ਚ ਇਹ ਭਾਵਕਤਾ ਰੱਖਦੇ ਨੇ, ਪਰ ਸਰਗਰਮੀ ਇਹਨਾਂ 'ਚ ਪਾਰਟੀ ਪ੍ਰਤੀ ਬਹੁਤ ਰਹਿੰਦੀ ਹੈ, ਬੜਾ ਚਾਅ ਰਹਿੰਦਾ ਕਮਲੀ, ਹੁਣ ਵੀ ਆ ਬਾਕੀ ਸਮਾਂ ਤੁਸੀਂ ਰਹਿਣਾ ਤੁਹਾਨੂੰ ਕਵਰੇਜ ਕਰਦੇ ਰਹੋ, ਇਹਨਾਂ ਦੀ ਸੇਵਾ ਜਿਹੜੀ ਹੋਊਗੀ ਇਹਨਾਂ ਨੂੰ ਹਾਈਲਾਈਟ ਕਰਕੇ ਰੱਖਣਾ, ਇਹ ਤੁਹਾਡਾ ਵੀ ਧੰਨਵਾਦ, ਮੈਂ ਇਹਨਾਂ ਦਾ ਧੰਨਵਾਦ ਕਰਾਂਗਾ, ਕਿਉਂਕਿ ਸਾਡੀ ਹਮੇਸ਼ਾ ਜਿਹੜੀ ਪਾਰਟੀ ਦੇ ਹਰ ਹੁਕਮ ਨੂੰ ਬਚਾਉਂਦੇ ਨੇ, ਚਾਹੇ ਕਿੰਨਾ ਇਹਨਾਂ ਦਾ ਕੋਈ ਆਪਣਾ ਘਰ ਦਾ ਕੰਮ ਛੱਡਣਾ ਪੈ ਜਾਵੇ, ਸਾਨੂੰ ਬੜਾ ਮਾਣ ਹੈ।